ਤਾਂ ਕਹਿੰਦੇ ਸੀ ਤੂੰ ਕਿਸੇ ਕੁੜੀ ਨੂੰ ਜਾਣਦਾ ਹੀ ਨਹੀਂ ਤੇ ਤੂੰ ਚੁੱਪ ਚੁਪੀਤੇ ਨੇ ਵਿਆਹ ਵੀ ਕਰਾ ਲਿਆ ਹੈ ਆਪਣੀ ਮਾਂ ਨੂੰ ਦੱਸਿਆ ਵੀ ਨਹੀਂ ਹੈਗਾ ਨਹੀਂ ਨਹੀਂ ਮਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਘਬਰਾ ਨਾ ਆਹ ਪਤੀ ਪਤਨੀ ਦਾ ਨਾਟਕ ਸਿਰ ਦੇ ਮੂਰੇ ਕਰਨਾ ਪਾ ਇਹ ਕੀ ਬਤਮੀਜੀ ਵੀਰੇ ਹੱਦ ਮੈਂ ਹੁਣੇ ਬਾਪੂ ਨੂੰ ਦੱਸ ਦੇ ਸਿਰਫ ਮੇਰੀ ਕਹਾਣੀ ਵੀ ਕੁਝ ਅਲੱਗ ਹੀ ਹੈ ਰਾਜਵੀਰ ਪੁੱਤਰ ਤੇਰੇ ਪਿੰਡ ਹੀ ਰਹਿ ਰਹੀ ਆ ਤੇ ਜਦੋਂ ਮੈਂ ਤੁਹਾਡੇ ਬਾਰੇ ਦੱਸਿਆ ਉਹਨੇ ਤੇਰੀ ਤੇ ਮੰਮੀ ਦੀ ਬਹੁਤ ਤਾਰੀਫ ਰਾਜਵੀਰ ਤੁਸੀਂ ਇੱਥੇ ਮੈਨੂੰ ਤਾਂ ਲੱਗਦਾ ਮੈਂ ਕਿਤੇ ਸੁਪਨਾ ਦੇਖ ਰਹੀ ਹਾਂ ਤੁਸੀਂ ਇੱਥੇ ਕਿਵੇਂ ਆ ਗਏ ਹੁਣੇ ਸੀ ਤੇਰੇ ਸੁਪਨੇ ਸੱਚ ਜੋ ਕਰਨੇ ਨੇ ਸੱਚੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਵੀ ਮੈਂ ਕਰਾਂ ਕੀ ਹਾਲ ਹੈ ਰਾਜੀ ਤੂੰ ਇੱਥੇ ਕਿਵੇਂ ਕਦੋਂ ਆਇਆ ਬਸ ਆ ਗਿਆ ਨਾਲੇ ਸੀਰਤ ਵਾਸਤੇ ਮੈਂ ਦੁਨੀਆ ਛੱਡਦਾ ਉਹ ਤਾਂ ਫਿਰ ਵੀ ਕੈਨੇਡਾ ਹੀ ਸੀ ਮੇਰਾ ਮਤਲਬ ਹੈ ਵੀ ਹੁਣ ਤਾਂ ਤੂੰ ਗਿਆ ਸੀ ਐਡੀ ਛੇਤੀ ਕਿਵੇਂ ਉਹ ਸਾਰੀਆਂ ਗੱਲਾਂ ਛੱਡ ਬਾਈ ਮੈਨੂੰ ਦੱਸਿਆ ਸੀਰਤ ਨੇ ਤੂੰ ਬੜਾ ਧਿਆਨ ਰੱਖਿਆ ਉਹਦਾ ਮੇਰੇ ਜਾਣ ਤੋਂ ਬਾਅਦ ਧੰਨਵਾਦ ਬਾਕੀ ਤੇਰੀ ਬੇਬੇ ਦਾ ਕੀ ਹਾਲ ਹੈ ਬੇਬੇ ਠੀਕ ਹੈ ਬਾਈ ਕੋਈ ਨਹੀਂ ਹੁਣ ਮੈਂ ਆ ਗਿਆ ਨਾ ਆਪਾਂ ਸਾਰੇ ਮਿਲ ਕੇ ਸਾਰਾ ਕੁਝ ਠੀਕ ਕਰ ਲਾਂਗੇ ਠੀਕ ਹੈ ਬਾਈ ਹਾਏ ਰਾਜਾ ਚਾਹ ਚੂ ਪੀਣੇ ਬੈਠ ਕੇ ਬਸ ਬਾਈ ਚਾਹ ਨਹੀਂ ਪੀਣੀ ਅਸਲ 'ਚ ਮੈਂ ਨਾ ਸੀਰਤ ਨੂੰ ਲੈਣ ਆਇਆ ਸੀ ਸੀਰਤ ਤੂੰ ਦੱਸਿਆ ਨਹੀਂ ਰਾਜਵੀਰ ਨੂੰ ਮੈਂ ਭੁੱਲ ਗਈ ਮੈਂ ਸੋਚਿਆ ਥੋੜ੍ਹਾ ਬਾਹਰ ਘੁੰਮ ਫਿਰ ਆਈਏ ਪੁਰਾਣੀਆਂ ਯਾਦਾਂ ਤਾਜ਼ਾ ਕਰ ਲਾਂਗੇ ਪਰ ਸਿਰਤ ਤੂੰ ਬੇਬੇ ਨੂੰ ਕੀ ਕਹੇਂਗੀ ਓਹੋ ਬੇਬੇ ਤਾਂ ਭੁੱਲ ਗਈ ਕੋਈ ਗੱਲ ਨਹੀਂ ਫਿਕਰ ਨਾ ਕਰ ਬੇਬੇ ਨੂੰ ਰਾਜਵੀਰ ਕਹਿ ਦਿਓ ਕੁਛ ਨਾ ਕੁਛ ਆਪੇ ਰਾਜਵੀਰ ਮੈਂ ਜਾਵਾਂ ਚਲੋ ਇਹ ਰਾਜੇ ਤੂੰ ਕਦੋਂ ਆਇਆ ਵੀ ਕੈਨੇਡਾ ਤੋਂ ਵਾਪਸ ਕਰ ਬੇਬੇ ਜਾਉਂਦਾ ਵਸਦਾ ਰਹਿ ਪੁੱਤ ਕਿਹੜੇ ਵੇਲੇ ਗਿਆ ਤੂੰ ਤੇ ਕਿਹੜੇ ਵੇਲੇ ਆਇਆ ਪਤਾ ਹੀ ਨਹੀਂ ਲੱਗਿਆ ਕੁਛ ਬਸ ਬੇਬੇ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਜ਼ਰੂਰੀ ਕੰਮ ਵੀ ਇਹੋ ਜਿਹਾ ਕਿਹੜੇ ਜ਼ਰੂਰੀ ਕੰਮ ਆਉਣ ਪਿਆ ਸੀ ਜਿਹੜਾ ਕੈਨੇਡਾ ਤੋਂ ਵੀ ਉਨੀ ਪੈਰੀ ਮੁੜਨਾ ਪੈ ਗਿਆ ਤੈਨੂੰ ਹੈ ਹੈਗਾ ਸੀ ਬੇਬੇ ਇੱਕ ਕੰਮ ਜਿਹੜਾ ਕੈਨੇਡਾ ਤੋਂ ਵੀ ਜ਼ਰੂਰੀ ਸੀ ਚੱਲ ਕੋਈ ਨਾ ਪੁੱਤ ਸੀਰਤ ਪੁੱਤ ਚਾਹ ਬਣਾ ਲੈ ਘੁੱਟ ਘੁੱਟ ਆ ਤੇਰੇ ਦਿਓਰ ਨੂੰ ਚਾਹ ਪਿਲਾ ਦੇ ਬਣਾ ਕੇ ਹਾਂਜੀ ਮੈਂ ਬਣਾ ਦਿੰਦੀ ਹਾਂ ਨਹੀਂ ਬੇਬੇ ਅੱਜ ਨਹੀਂ ਚਾਹ ਕਦੇ ਫੇਰ ਸਹੀ ਬੇ ਪੁੱਤ ਆ ਤੇਰੀ ਭਰਜਾਈ ਦੇ ਹੱਥ ਦੀ ਚਾਹ ਪੀ ਕੇ ਦੇਖ ਬਾਲੀਏ ਸਵਾਦ ਬਣਾਉਂਦੀ ਹੈ ਕੋਈ ਗੱਲ ਨਹੀਂ ਬੇਬੇ ਪੀ ਲਾਂਗੇ ਕਦੇ ਅੱਜ ਤਾਂ ਮੈਂ ਰਾਜਵੀਰ ਨੂੰ ਮਿਲਣ ਆਇਆ ਸੀ ਚੱਲ ਚੰਗਾ ਪੁੱਤ ਸਿਰਤਾ ਹਾਂ ਕੀ ਬਣਾਈ ਜਾਂਦੀ ਹੈ ਮੈਂ ਪਕੌੜੇ ਬਣਾ ਰਹੀ ਸੀ ਅੱਛਾ ਮੈਂ ਵੀ ਕਹਾਂ ਵੀ ਉਹ ਦੂਰ ਗੇਟ ਤਾਂ ਖੁਸ਼ਬੂ ਕਾਦੀ ਆਈ ਜਾਂਦੀ ਹੈ ਹਾਂ ਇਹ ਰਾਜਵੀਰ ਦੇ ਫੇਵਰਟ ਨੇ ਨਾ ਤਾਂ ਕਰਕੇ ਉਹਦੇ ਲਈ ਬਣਾ ਕੇ ਲੈ ਕੇ ਜਾ ਰਹੀ ਸੀ ਅੱਛਾ ਮੈਨੂੰ ਤਾਂ ਲੱਗਿਆ ਮੇਰੇ ਵਾਸਤੇ ਬਣਾ ਰਹੀ ਹੈ
ਉਹ ਕੋਈ ਨਾ ਬਹੁਤ ਬਣਾ ਰਹੀ ਆ, ਬਚਣਗੇ ਤੂੰ ਵੀ ਖਾ ਲਈ। ਉਹ ਹੈਲੋ ਮੈਡਮ, ਗੱਲ ਸੁਣ ਲਓ ਮੇਰੀ, ਮੈਂ ਨਾ ਲੋਕਾਂ ਦਾ ਬੱਚਾ ਕੁਝ ਖਾਣ ਵਾਸਤੇ ਨਹੀਂ ਬਣਿਆ। ਮੇਰੀ ਗੱਲ ਸੁਣ, ਮੈਨੂੰ ਨਾ ਰਾਜਵੀਰ ਨੇ ਬੁਲਾਇਆ, ਤੂੰ ਕਿਸੇ ਨਾ ਕਿਸੇ ਬਹਾਨੇ ਮੈਨੂੰ ਲੈ ਜਾਏਗਾ ਉਹਦੇ ਕੋਲ। ਚੱਲ ਕੋਈ ਨਾ, ਤੂੰ ਐਂ ਕਰੀ ਜਦੋਂ ਪਕੌੜੇ ਜਿਹੇ ਬਣ ਗਏ ਨਾ ਪੈਕ ਕਰ ਲਈ, ਠੀਕ ਆ? ਮੈਂ ਤੈਨੂੰ ਲੈ ਚੱਲੂੰਗਾ। ਹਾਂ ਬਸ 5 ਮਿੰਟ ਵੇਟ ਕਰਿਓ, ਮੈਂ ਹੁਣੇ ਪੈਕ ਕਰਕੇ ਲੈ ਗਈ। ਸੱਚੀ ਮੈਨੂੰ ਤਾਂ ਬਹੁਤ ਕਾਹਲੀ ਹੋਈ ਪਈ ਆ। ਦਵਾਈ ਦੂਈ ਟਾਈਮ ਨਾਲ ਲਈ ਜਾਂਦੀ ਆ ਨਾ? ਹਾਂ ਹਾਂ ਪੁੱਤ, ਟਾਈਮ ਨਾਲ ਹੀ ਲਈ ਜਾਂਦੀ ਆ, ਤੂੰ ਇੰਨੀ ਫਿਕਰ ਕਿਉਂ ਕਰਦਾ ਮੇਰੀ? ਲੈ ਹੋਰ ਕਿਹਦੀ ਫਿਕਰ ਕਰਨੀ ਆ ਮੈਂ, ਹੁਣ ਤਾਂ ਠੀਕ ਆ ਮੈਂ ਅੱਗੇ ਨਾਲੋਂ। ਅੱਛਾ ਪਹਿਰਾ ਸਿਰ ਚੱਲੀਏ ਆਪਾਂ। ਪੁੱਤ ਕਿੱਥੇ ਚੱਲੇ ਤੁਸੀਂ ਦੋਵੇਂ ਜਣੇ ਸਵੇਰੇ ਸਵੇਰੇ? ਉਹ ਬੇਬੇ, ਉਹ ਤਾਂ ਸਿਰ ਤੇ ਕਹਿੰਦੀ ਮੈਂ ਖੇਤ ਨਹੀਂ ਦੇਖੇ ਕਦੇ, ਖੇਤ ਕਿਹੜਾ ਮਰਵਾ ਲਿਆ, ਤਾਂ ਮੈਂ ਸੋਚਿਆ ਵੀ ਚੱਲ ਦਿਖਾ ਲਿਆਉਣਾ। ਚੱਲ ਕੋਈ ਗੱਲ ਨਹੀਂ ਪੁੱਤ, ਲੈ ਜਾ ਇਹਨੂੰ। ਪਰ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਬਈ ਮੈਂ ਵੀ ਚੱਲਾਂ ਤੁਹਾਡੇ ਨਾਲ, ਮੈਂ ਵੀ ਮਾਰ ਕੇ ਆਵਾਂ ਖੇਤ ਗੇੜਾ। ਮਾਂ ਤੂੰ ਕੀ ਕਰੇਂਗੀ ਉੱਥੇ, ਗਰਮੀਆਂ ਦੇਖ ਲੈ ਕਿੰਨੀ ਹੋ ਰਹੀ ਹੈ, ਤੂੰ ਆਰਾਮ ਕਰ ਲੈ, ਕੋਈ ਗੱਲ ਨਹੀਂ ਫਿਰ ਕਦੇ ਲੈ ਜਾਊਗਾ ਤੈਨੂੰ। ਚੱਲ ਕੋਈ ਨਾ ਪੁੱਤ, ਮਰਜ਼ੀ ਹੈ ਤੁਹਾਡੀ, ਜਿਵੇਂ ਸਾਨੂੰ ਠੀਕ ਲੱਗਦਾ ਹੈਗਾ। ਚੱਲ ਜਾਓ ਫਿਰ। ਹਾਂ ਠੀਕ ਹੈ ਮਾਂ, ਹੈ ਸਿਰ ਤਾਂ। ਪਾਗਲ ਜਿਹਾ ਤੇਰੇ ਯਾਰ ਅਸੀਰ ਤਾਂ ਕਾਲਕ, ਤੂੰ ਮੇਰੇ ਵਾਸਤੇ ਆਹੀ ਕੁਝ ਬਣਾ ਕੇ ਲਿਆਉਂਦੀ ਸੀ। ਹੋਰ ਹੁਣ ਤੁਹਾਡੇ ਤਾਂ ਰੋਜ਼ ਨਾ ਰੋਜ਼ ਕੋਈ ਆਰਡਰ ਹੁੰਦਾ ਸੀਗਾ ਵੀ ਅੱਜ ਮੇਰੇ ਵਾਸਤੇ ਇਹ ਬਣਾ ਕੇ ਲਈ ਤੇ ਅੱਜੋ, ਤਾਂ ਇਹ ਤਾਂ ਤੁਹਾਡੇ ਵਾਸਤੇ ਪਕੌੜੇ ਬਣਾ ਕੇ ਲਈਆਂ, ਤੁਹਾਡੇ ਫੇਵਰਟ। ਤੇਰੇ ਹੱਥਾਂ ਚ ਅੱਜ ਵੀ ਉਨੀ ਸਵਾਦ ਹੈ, ਤੈਨੂੰ ਪਤਾ ਮੈਂ ਸਾਰੇ ਪਕੌੜੇ ਖਾ ਜਾਂਦਾ ਸੀ। ਮੈਂ ਹੁਣ ਐਂ ਕਹਿੰਦੀ ਸੀ ਜਾਵਾਂ ਘਰੇ ਨਾ ਬੇਬੇ ਉਡੀਕਦੇ ਹੋਣਗੇ। ਇਹ ਹੁਣ ਤਾਂ ਤੂੰ ਆ ਕੇ ਬੈਠੀ ਆ, ਕਿਤੇ ਜਾਣ ਦੀਆਂ ਗੱਲਾਂ ਹੋਈਆਂ। ਉਹ ਕੋਈ ਨਾ, ਮੈਂ ਫੇਰ ਆ ਕੇ ਮਿਲ ਜੂੰਗੀ, ਤੁਹਾਨੂੰ ਪਤਾ ਤਾਂ ਹੈਗਾ ਬੇਬੇ ਦਾ ਨਾ ਘਰੇ ਔਖਾ, ਮੇਰਾ ਕਿਹੜਾ ਜੀ ਕਰਦਾ ਤੁਹਾਡੇ ਕੋਲ ਦੂਰ ਜਾਣ ਨੂੰ। ਯਾਰ ਹੁਣ ਤੂੰ ਬੇਬੇ ਦਾ ਨਵਾਂ ਪੰਗਾ ਕੀ ਪਾ ਲਿਆ? ਪੰਗਾ ਨਹੀਂ ਹੈਗਾ, ਸਹੀ ਦੱਸਾਂ ਨਾ ਮੈਨੂੰ ਵੀ ਉਹਨਾਂ ਦੀ ਸੇਵਾ ਕਰਨੀ ਵਧੀਆ ਲੱਗਦੀ ਆ, ਕਿਉਂਕਿ ਬੇਬੇ ਦੀ ਤਬੀਅਤ ਠੀਕ ਨਹੀਂ ਹੈਗੀ, ਵਿਚਾਰੇ ਕੋਲ ਥੋੜ੍ਹਾ ਟਾਈਮ ਹੀ ਆ, ਅਤੇ ਮੈਂ ਚਾਹੁੰਦੀ ਹਾਂ ਵੀ ਜਿੰਨਾ ਕੁ ਟਾਈਮ ਆ ਉਨਾ ਕੁ ਮੈਂ ਉਹਨਾਂ ਨਾਲ ਖੁਸ਼ੀ ਖੁਸ਼ੀ ਬਿਤਾਵਾਂ, ਹਮੇਸ਼ਾ ਲਈ ਤੁਹਾਡੇ ਕੋਲ ਹੀ ਰਹਿਣਾ। ਯਾਰ ਠੀਕ ਹੈ, ਤੂੰ ਛੇਤੀ ਨਿਬੇੜ ਆਪਦਾ ਪੰਗਾ। ਕੋਈ ਨਾ, ਪਰ ਗੁੱਸੇ ਹੋ ਕੇ ਨਾ ਭੇਜੋ, ਫਿਰ ਮੈਂ ਨਹੀਂ ਜਾਂਦੀ ਹੈਗੀ। ਚੱਲ ਠੀਕ ਹੈ, ਛੱਡ ਦੇਣਾ ਤੈਨੂੰ ਮੈਂ। ਚਲੀਏ। ਤੇਰਾ ਪਿਆਰ ਬੜਾ ਸੱਚਾ ਯਾਰ, ਤੂੰ ਸਿਰ ਦੇ ਪਿੱਛੇ ਇੰਨਾ ਕੁਝ ਛੱਡ ਕੇ ਵਾਪਸ ਆ ਗਿਆ ਯਾਰ। ਕਮਲੀਆਂ ਗੱਲਾਂ ਕਰਦਾ ਯਾਰ ਤੂੰ ਵੀ, ਕਿਹੜਾ ਕੰਜਰ ਕੈਨੇਡਾ ਛੱਡ ਕੇ ਕੁੜੀਆਂ ਪਿੱਛੇ ਇੱਥੇ ਆਉਂਦਾ? ਦੇਖ ਬਾਈ, ਦੋ ਨੰਬਰ ਦੇ ਕੰਮ 'ਚ ਫੜਿਆ ਗਿਆ, ਰਿਪੋਰਟ ਕਰਤਾ ਅਗਲਿਆਂ ਨੇ, ਅਤੇ ਉੱਥੇ ਰਹਿੰਦਾ ਇਹਦੇ ਵਰਗਿਆਂ ਨੇ ਮੈਨੂੰ 100 ਮਿਲ ਜਾਣੀਆਂ ਸੀ। ਯਾਰ ਰਾਜੇ, ਤੈਨੂੰ ਸੱਚ ਕਿਉਂ ਨਹੀਂ ਦੱਸ ਦਿੰਦਾ ਫਿਰ, ਝੂਠ ਕਾਹਤੋਂ ਬੋਲੀ ਜਾਂਦਾ? ਤੂੰ ਕਹਿ ਕਿਉਂ ਨਹੀਂ ਦਿੰਦਾ ਵੀ ਰਿਪੋਰਟ ਹੋ ਕੇ ਆਇਆ, ਅਤੇ ਇਹ ਵਿਚਾਰੇ ਨੂੰ ਨਹੀਂ ਵਹਿ ਮੈਂ, ਤੂੰ ਇਹਦੇ ਪਿੱਛੇ ਸਾਰਾ ਕੁਝ ਛੱਡ ਕੇ ਆਇਆ ਇੱਥੇ। ਕੋਈ ਧੋਖਾ ਧੁੱਖਾ ਨਹੀਂ, ਮੈਂ ਸੋਚਿਆ ਜੇ ਕੈਨੇਡਾ ਨਹੀਂ ਤਾਂ ਇਹੀ ਸਹੀ, ਦੇਖ
ਸੋਹਣੀ ਹੈ ਸਿਆਣੀ ਹੈ। ਵੈਸੇ ਵੀ ਜਿੰਨੀ ਕੁ ਮੇਰੇ ਕੋਲ ਜ਼ਮੀਨ ਬਚੀ ਹੈ ਹੋਰ ਕੋਈ ਤਾਂ ਮੈਨੂੰ ਮਿਲਣੀ ਨਹੀਂ, ਉਹ ਚਾਹੇ ਵਿਆਹ ਕਰਾ ਲੂੰਗਾ। ਪਰ ਰਾਜੇ ਤਾਂ ਗਲਤ ਗੱਲ ਹੈ ਨਾ ਬਾਈ, ਉਹ ਤਾਂ ਵਿਚਾਰੀ ਤੇਰੇ 'ਤੇ ਇੰਨਾ ਵਿਸ਼ਵਾਸ ਕਰਦੀ ਹੈ, ਤੂੰ ਵਿਸ਼ਵਾਸਘਾਤ ਕਰੀ ਜਾਂਦਾ ਯਾਰ। ਤੈਨੂੰ ਸਾਰੀ ਸੱਚਾਈ ਦੱਸ ਦੇ, ਛੱਡ ਕੇ ਨਹੀਂ ਜਾਂਦੀ ਤੈਨੂੰ, ਪਿਆਰ ਕਰਦੀ ਹੈ। ਉਹ ਬਾਈ ਕੋਈ ਭਰੋਸਾ ਨਹੀਂ ਕੁੜੀਆਂ ਦਾ, ਸਭ ਤੋਂ ਵੱਡੀ ਐਗਜ਼ਾਮਪਲ ਇਹੀ ਦੇਖ ਲੈ, ਆਪਣੇ ਵਿਆਹ ਵਾਲੇ ਦਿਨ ਮੇਰੇ ਪਿੱਛੇ ਸਾਰਾ ਕੁਛ ਛੱਡ ਕੇ ਆ ਗਈ, ਕੀ ਪਤਾ ਮੇਰੇ ਵਿਆਹ ਵਾਲੇ ਦਿਨ ਕਿਸੇ ਹੋਰ ਨਾ ਭੱਜੇ। ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਯਾਰ ਰਾਜੇ, ਮੈਂ ਕਿਹੜਾ ਉਹਦੀਆਂ ਕੀਤੀਆਂ ਲਾ ਲਈਆਂ, ਜੋ ਸੱਚਾਈ ਹੈ ਉਹ ਸੱਚਾਈ ਹੈ। ਪਰ ਜੇ ਤੇਰੇ ਬਿਨਾਂ ਦੱਸਿਆ ਉਹਨੂੰ ਸੱਚਾਈ ਪਤਾ ਲੱਗ ਗਈ ਫਿਰ? ਉਹ ਜਦ ਤੱਕ ਸੱਚਾਈ ਪਤਾ ਲੱਗੂਗੀ ਨਾ ਉਦ ਤੱਕ ਵਿਆਹ ਹੋ ਜਾਣਾ ਹੈ, ਫਿਰ ਕਿਤੇ ਨਹੀਂ ਚੱਲੀ ਛੱਡ ਕੇ। ਚੱਲੀ ਰਾਜਵੀਰ, ਚੱਲਦਾ ਸਰ। ਚਲੋ ਠੀਕ ਆ, ਮੈਂ ਚੱਲਦੀ ਹਾਂ, ਬਾਏ। ਸਿਰ ਤਾਂ ਫਿਰ ਗੱਲ ਦੱਸ, ਪੁੱਛੋ। ਜਿਵੇਂ ਤੂੰ ਰਾਜਵੀਰ ਪਿੱਛੇ, ਮਤਲਬ ਰਾਜੇ ਪਿੱਛੇ ਆਪਦਾ ਸਭ ਕੁਛ ਛੱਡ ਕੇ ਆਈ ਸੀ, ਆਪਦਾ ਘਰ, ਮਾਂ ਪਿਓ, ਵਿਆਹ, ਕੀ ਰਾਜਾ ਤੇਰੇ ਇੰਨਾ ਕਰ ਸਕਦਾ? ਪਾਗਲ ਹੋ ਗਿਆ ਰਾਜਵੀਰ, ਸ਼ੁਭ ਸ਼ੁਭ ਬੋਲ, ਕਿਵੇਂ ਜੇ ਕਲੈਣੀਆਂ ਗੱਲਾਂ ਕਰੀ ਜਾਂਦਾ। ਮੈਨੂੰ ਨਾ ਉਹ 'ਤੇ ਰੱਬ ਜਿੰਨਾ ਯਕੀਨ ਆ, ਉਹ ਮੈਨੂੰ ਬਹੁਤ ਪਿਆਰ ਕਰਦਾ ਅਤੇ ਛੱਡਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਸਿਰ ਤਾਂ ਮੈਂ ਤਾਂ ਇਹ ਪੁੱਛਦਾ ਸੀ, ਜੇ ਉਹਨੇ ਤੇਰੇ ਨਾਲ ਵਿਆਹ ਕਰਾਉਣ ਤੋਂ ਨਾ ਕਰਤੀ, ਫਿਰ ਤੂੰ ਉਹਨੂੰ ਕੀ ਸਜ਼ਾ ਦੇਵੇਂਗੀ? ਉਹਨੂੰ ਕੀ ਸਜ਼ਾ ਦਊਂਗੀ? ਉਹਨੂੰ ਮੈਂ ਕੀ ਸਜ਼ਾ ਦੇਣੀ ਆ? ਮੈਂ ਆਪਦੇ ਆਪ ਨੂੰ ਸਜ਼ਾ ਦਊਂਗੀ, ਮਰ ਜੂੰਗੀ ਉਹਦੇ ਪਿੱਛੇ, ਹੋਰ ਮੈਂ ਕੀ ਕਰਨਾ। ਚੱਲ ਇਹੋ ਜਿਹੀ ਗੱਲਾਂ ਨਾ ਕਰ। ਚੱਲ ਛੱਡ ਇਹਨਾਂ ਗੱਲਾਂ ਨੂੰ, ਆ ਜਾ ਅੰਦਰ। ਯਾਰ ਮੈਂ ਕੀ ਕਰਾਂ, ਰਾਜੇ ਦੀ ਸਾਰੀ ਸੱਚਾਈ ਜਾਣਦੇ ਹੋਏ ਵੀ ਮੈਂ ਸੀਰਤ ਨੂੰ ਸੱਚ ਨਹੀਂ ਦੱਸ ਸਕਦਾ। ਜੇ ਸੀਰਤ ਨੂੰ ਸੱਚ ਦਾ ਪਤਾ ਲੱਗ ਗਿਆ ਤਾਂ ਇਹਨੇ ਤਾਂ ਜਿਉਂਦੇ ਜੀ ਮਰ ਜਾਣਾ। ਨਹੀਂ, ਹਾਲੇ ਨਹੀਂ ਦੱਸ ਸਕਦਾ। ਚੱਲ ਪੁੱਤ, ਰਾਜਵੀਰ ਕਿੱਧਰ ਗਿਆ ਹੋਏਗਾ? ਪਤਾ ਨਹੀਂ ਮੰਮੀ, ਮੈਨੂੰ ਲੱਗਦਾ ਕਿਸੇ ਦੋਸਤ ਨਾਲ ਕਿਤੇ ਗਏ ਹੋਣਗੇ। ਅੱਛਾ, ਹਾਂਜੀ। ਚੱਲ ਕੋਈ ਨਾ, ਆ ਜਾਊਗਾ ਆਪ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ। ਬੇਬੇ ਰਾਜਵੀਰ ਕਿੱਥੇ, ਦਿਸਦਾ ਨਹੀਂ? ਪੁੱਤ ਤਾਂ ਬਾਹਰ ਹੀ ਗਿਆ ਹੋਏਗਾ, ਕੋਈ ਜ਼ਰੂਰੀ ਕੰਮ ਗਿਆ ਹੋਣਾ। ਅੱਛਾ, ਚਲੋ ਕੰਮ ਤਾਂ ਮੈਨੂੰ ਵੀ ਸੀ, ਮਿਲਣਾ ਸੀ ਉਹਨੂੰ। ਠੀਕ ਹੈ ਬੇਬੇ, ਚੱਲਦਾ ਮੈਂ। ਓਹੋ ਪੁੱਤ, ਐਂ ਕਿਉਂ ਮੁੜਦਾ ਤੂੰ? ਬਹਿ ਜਾ, ਚਾਹ ਪਾਣੀ ਪੀ ਕੇ ਜਾਈ, ਲੈ ਦੱਸ। ਅੱਛਾ ਬੇਬੇ, ਚੱਲ ਬਣਾ ਲਓ ਚਾਹ ਤਾਂ। ਬੇ ਰਾਜਾ, ਆ ਕੁਰਸੀ ਪਈ, ਤੂੰ ਕੁਰਸੀ ਤੇ ਬਹਿ ਜਾ ਤਾਂ। ਹੈ ਭਰਜਾਈ ਹੀ ਜੜ 'ਚ ਬਹਿ ਗਿਆ, ਲੈ ਦੇਖ ਲੈ। ਪੁੱਤ ਗੱਲ ਸੁਣ ਮੇਰੀ, ਏਦਾਂ ਭੈੜੇ ਲੱਗਦੇ ਹੋ, ਜੇ ਕਿਸੇ ਨੇ ਬਾਹਰੋਂ ਦੇਖ ਲਿਆ ਨਾ, ਐਵੇਂ ਤੈਨੂੰ ਪਤਾ ਹੀ ਹੈ ਲੋਕਾਂ ਦਾ, ਫੰਗਾਂ ਦੀਆਂ ਡਾਰਾਂ ਬਣਾ ਲੈਣਗੇ। ਸੀਰਤ ਪੁੱਤ, ਆ ਉੱਠ ਖੜੀ ਹੋ, ਚਾਹ ਦੀ ਘੁੱਟ ਬਣਾ ਲਿਆ, ਪੀ ਕੇ ਚਾਹ ਨਾ, ਫਿਰ ਕੰਮ ਧੰਦਾ ਕਰਾਂਗੇ, ਕੋਈ ਕੰਮ ਪਏ ਨੇਗੇ। ਨਹੀਂ ਰਹਿਣ ਦਿਓ ਬੇਬੇ, ਮੈਂ ਤਾਂ ਰਾਜਵੀਰ ਨੂੰ ਮਿਲਣਾ ਸੀ, ਉਹ ਮਿਲਿਆ ਨਹੀਂ, ਕਰ ਲਓ ਤੁਸੀਂ ਕੰਮ ਕਾਰ। ਲੈ ਦੇਖ ਲੈ ਕਿਵੇਂ ਬਹਿ ਗਿਆ ਮੰਜੇ 'ਤੇ ਚੜ੍ਹ ਕੇ, ਅੱਜ ਕੱਲ੍ਹ ਦੇ ਜਵਾਕਾਂ ਦਾ ਸ਼ਰਮ ਜਮੀ ਨਹੀਂ ਹੈਗੀ। ਗੱਲ ਸੁਣ ਪੁੱਤ, ਬਾਲਾ ਮੂੰਹ ਨਾ ਲਾਇਆ ਕਰ ਇਹਨੂੰ, ਇਹਨੂੰ ਇੰਨਾ ਵੀ ਨਹੀਂ ਲੱਗਣ ਵੀ ਕਿੱਥੇ ਬੈਠਣਾ ਅਤੇ ਕਿੱਥੇ ਨਹੀਂ। ਪਰ ਮੰਮੀ, ਦੇਖਣ ਨੂੰ ਤਾਂ ਉਹ ਲੱਗਦਾ ਨਹੀਂ ਹੈਗਾ ਐਵੇਂ ਦਾ। ਚੱਲ ਕੋਈ ਨਾ, ਛੱਡੋ, ਆਪਾਂ ਕੀ ਲੈਣਾ। ਲੈ ਪੁੱਤ, ਕਿਉਂ ਦੇਖਣ ਨੂੰ ਕੀ ਉਹ ਨਿਆਣਾ ਹੈਗਾ, ਵੀ ਐਵੇਂ ਗਲਤੀਆਂ ਹੋ ਜਾਂਦੀਆਂ ਨੇ, ਸੱਤ ਸਮੁੰਦਰਾਂ ਪਾਰ ਘੁੰਮ ਆਇਆ, ਅਕਲ ਹਜੇ ਤੱਕ ਨਹੀਂ ਆਈ ਹੈਗੀ, ਭੈੜਾ ਜੱਤਲ ਜਾ। ਚੱਲ ਮੈਂ ਕੰਮ ਕਰ ਲਾਂ ਮੰਮੀ ਜਾ ਕੇ। ਹਾਂ ਚੱਲ, ਚੰਗਾ ਪੁੱਤ, ਕਰ ਲੈ।
ਜਮੀ ਨਹੀਂ ਸੂਹ ਹੈਗੀ ਮੁੰਡੇ ਨੂੰ, ਕਿਵੇਂ ਬਹਿ ਗਿਆ ਆ ਕੇ। ਸ਼ਾਮ ਤੀ ਸੀ ਤੂੰ ਡੈਡੀ ਦੋ ਮਿੰਟ ਤੁਸੀਂ ਬਾਹਰ ਬੈਠੋ, ਮੈਂ ਉੱਠਾਂ ਮੈਂ ਗੱਲ ਕਰਾਂ। ਚੱਲ ਜਲਦੀ ਆ ਜੀ ਪੁੱਤ, ਤੈਨੂੰ ਪਤਾ ਘਬਰਾਹਟ ਜੀ ਹੋ ਰਹੀ ਮੈਨੂੰ। ਹਾਂਜੀ ਹਾਂ ਹਾਕਾ ਮਿਲਦਾ ਵੀ ਪਤਾ ਨਹੀਂ ਲੱਗਦਾ ਹੈਗਾ, ਨਾਲੇ ਮੁੰਡੇ ਨੂੰ ਪਤਾ ਚੰਗਾ ਭਲਾ ਵੀਤੀ ਵੀਤ ਮੇਰੀ ਖਰਾਬ ਆ। ਅੰਕਲ ਜੀ ਕੀ ਹੋਇਆ? ਅੰਕਲ ਜੀ ਠੀਕ ਹੋ ਤੁਸੀਂ? ਹਾਂ ਪੁੱਤ ਸੰਭਾਲੋ ਆਪਦੇ ਆਪ ਨੂੰ, ਬਹਿਓ ਬਹਿਓ। ਕੀ ਹੋਇਆ ਅੰਕਲ, ਚੱਕਰ ਆਇਆ ਕੋਈ? ਹਾਂ ਪੁੱਤ ਥੋੜ੍ਹਾ ਚੱਕਰ ਜਾ ਗਿਆ। ਇੱਕ ਮਿੰਟ ਤੁਸੀਂ ਬੈਠੋ, ਮੈਂ ਪਾਣੀ ਲੈ ਕੇ ਆਉਣਾ ਤੁਹਾਡੇ ਵਾਸਤੇ। ਹੈਲੋ ਅੰਕਲ ਜੀ, ਪਾਣੀ ਪੀ ਲਓ। ਹਾਂ ਲਿਆ ਪੁੱਤ। ਠੀਕ ਹੋ ਤੁਸੀਂ? ਹਾਂ ਪੁੱਤ ਜਿਉਂਦਾ ਰਹੇ ਪੁੱਤ। ਅੱਜ ਕੱਲ੍ਹ ਦੇ ਮੁੰਡੇ ਪੁੱਤ ਕਿੱਥੇ ਤੇਰੇ ਵਰਗੇ ਸਿਆਣੇ ਨੇ। ਕਰਮ ਵਾਲਾ ਹੋਊਗਾ ਤੇਰਾ ਪਿਓ ਜਿਹਨੂੰ ਇਹੋ ਜਿਹਾ ਮੁੰਡਾ ਮਿਲਿਆ। ਅੰਕਲ ਜੀ ਕਰਮ ਵਾਲਾ ਤਾਂ ਕਾਹਦਾ, ਕਦੇ ਬਾਪ ਦਾ ਪਿਆਰ ਤਾਂ ਦੇਖਿਆ ਨਹੀਂ ਜੀ। ਛੋਟਾ ਜਿਹਾ ਹੁੰਦਾ ਸੀ ਜਦੋਂ ਦੁਨੀਆਂ ਛੱਡ ਕੇ ਚਲੇ ਗਏ ਸੀ, ਇਹ ਤਾਂ ਬਸ ਵਕਤ ਨੇ ਸਿਆਣਾ ਕਰਤਾ ਜੀ। ਮਾਫ਼ ਕਰੀ ਪੁੱਤ, ਮੈਨੂੰ ਪਤਾ ਨਹੀਂ ਸੀ, ਜੇ ਤੈਨੂੰ ਬੁਰਾ ਲੱਗਿਆ ਹੋਵੇ ਤਾਂ ਮੈਨੂੰ ਮਾਫ਼ ਕਰੀ। ਨਹੀਂ ਨਹੀਂ ਅੰਕਲ ਜੀ, ਨਹੀਂ ਨਹੀਂ ਵੀਰੇ ਘਬਰਾਉਣ ਵਾਲੀ ਕੋਈ ਗੱਲ ਨਹੀਂ। ਹਾਂਜੀ ਠੀਕ ਹੈ ਜੀ, ਅਤੇ ਉਹ ਰਿਪੋਰਟਾਂ ਕਦੋਂ ਆ ਜਾਣਗੀਆਂ? ਰਿਪੋਰਟਾਂ ਸ਼ਾਮ ਤੱਕ ਆ ਜਾਣਗੀਆਂ, ਰਿਪੋਰਟਾਂ ਦੇਖ ਕੇ ਤੁਸੀਂ ਦਵਾਈ ਲੈ ਜਾਓ। ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ। ਤੁਸੀਂ ਦੱਸੋ ਤੁਹਾਡੇ ਨਾਲ ਕੋਈ ਹੈ ਜਾਂ ਮੈਂ ਛੱਡ ਕੇ ਆਵਾਂ ਘਰੇ? ਨਾ ਨਾ ਪੁੱਤ ਜਿਉਂਦਾ ਰਹੇ ਹੈਗਾ ਮੇਰਾ ਪੁੱਤ। ਪਰ ਕੁਛ ਨਹੀਂ ਕਮਲ ਪੁੱਤ, ਆਹ ਚੱਕਰ ਜਿਹਾ ਆ ਗਿਆ ਸੀਗਾ, ਮੁੱਦੇ ਮੂੰਹ ਡਿੱਗਦਾ ਡਿੱਗਦਾ ਇਹਨੇ ਮੁੰਡੇ ਨੇ ਬਚਾਇਆ ਮੈਨੂੰ ਤਾਂ, ਇਹਨੇ ਲਿਆ ਕੇ ਪਾਣੀ ਪਿਆਇਆ ਮੈਨੂੰ। ਨਹੀਂ ਅੰਕਲ ਜੀ ਤਾਂ ਕੋਈ ਗੱਲ, ਲੈ ਦੱਸ ਬਾਈ ਇਹ 'ਚ ਧੰਨਵਾਦ ਦੀ ਕੀ ਗੱਲ ਹੈ ਯਾਰ, ਬੰਦਾ ਜੀ ਬੰਦੇ ਦੇ ਕੰਮ ਆਉਂਦਾ ਬਾਈ। ਤਾਂ ਮੈਨੂੰ ਫੜਾ ਦਿਓ ਅੰਕਲ ਜੀ, ਮੈਂ ਰੱਖ ਦਿੰਦਾ ਕੋਈ ਨਹੀਂ। ਅਤੇ ਬਾਈ ਖਿਆਲ ਰੱਖਿਓ ਅੰਕਲ ਜੀ ਦਾ, ਇਹ ਤਾਂ ਚੱਕਰ ਜਾ ਗਿਆ ਸੀਗਾ, ਗਰਮੀ ਬਹੁਤ ਆ ਨਾ। ਚਲੋ ਠੀਕ ਆ ਬਾਈ ਮੈਂ ਚੱਲਦਾ। ਠੀਕ ਹੈ ਅੰਕਲ ਜੀ, ਠੀਕ ਆ ਪੁੱਤ। ਦੇਖ ਲੈ ਕਮਲ ਪੁੱਤ ਕਿੱਡਾ ਸਾਊ ਮੁੰਡਾ ਆ, ਅੱਜ ਕੱਲ੍ਹ ਦੇ ਕਿੱਥੇ ਮੁੰਡੇ ਇਹ ਕੰਮ ਆਉਂਦੇ ਨੇ। ਅੱਛਾ ਚੱਲੀਏ ਫਿਰ। ਜਿਹਦੇ ਨਾਲ ਜਾਣਾ ਘਰੇ ਨੀ ਹੈਗਾ, ਪਤਾ ਨੀ ਕਦੋਂ ਦੇ ਗਏ ਹੋਏ ਨੇ ਫਾਰਮੇਸੀ, ਹਲੇ ਤੱਕ ਨੀ ਆਏ ਹੈਗੇ। ਚੱਲ ਪੁੱਤ ਫਿਰ ਕੀ ਹੋ ਗਿਆ, ਕੋਈ ਕੰਮ ਧੰਦੇ ਫਸ ਗਿਆ ਹੋਊ ਵਿਚਾਰਾ, ਮੈਂ ਬਗ ਚੱਲਦੀ ਆ ਤੇਰੇ ਨਾਲ। ਨਹੀਂ ਨਹੀਂ ਮੰਮੀ, ਥੋੜ੍ਹੀ ਤਾਂ ਪਹਿਲਾਂ ਨਹੀਂ ਤਬੀਅਤ ਠੀਕ ਹੈਗੀ, ਮੈਂ ਗਰਮੀ ਇੰਨੀ ਹੈਗੀ ਹੋਰ ਬਿਮਾਰ ਹੋ ਜਾਊਂਗੇ, ਮੈਂ ਇਕੱਲੀ ਵੱਗ ਜਾਂਦੀ ਹਾਂ। ਪੁੱਤ ਅੱਗੇ ਨਾਲੋਂ ਤਾਂ ਮੈਂ ਠੀਕ ਹਾਂ, ਇੰਨਾ ਕੁ ਤਾਂ ਮੈਂ ਹੁਣ ਕਰੀ ਸਕਦੀ ਹਾਂ ਵੀ ਆਪਦੀ ਨੂੰਹ ਨਾਲ ਬਾਜ਼ਾਰ ਵਗ ਜਾ। ਹੈ ਲੈ ਦੱਸ, ਤੂੰ ਮੇਰੀ ਫਿਕਰ ਨਾ ਕਰ। ਪੱਕਾ ਚਲੇ ਜਾਊਂਗੇ ਨਾ ਨਾਲ ਮੰਮੀ? ਹਾਂ ਹਾਂ ਪੁੱਤ, ਤੂੰ ਰੁਕ ਇੱਥੇ, ਮੈਂ ਪੈਸੇ ਲੈ ਕੇ ਆਉਂਦੀ ਹਾਂ। ਹੁਣ ਬਾਜ਼ਾਰ ਖਾਲੀ ਹੱਥ ਤਾਂ ਨਹੀਂ ਜਾਂਦੇ, ਕੋਈ ਨਾ ਕੋਈ ਚੀਜ਼ ਲੱਤੀ ਜਾਂਦੀ ਹੁੰਦੀ ਹੈ। ਚੰਗਾ ਹਾਂਜੀ ਮੰਮੀ, ਲਿਆਓ ਚਲਾਈ ਕਰਦੇ ਮੰਮੀ ਨਾਲ ਜਾ ਆਉਣੀ ਆ। ਆ ਜਾ ਪੁੱਤ ਆ ਜਾ।
ਮੜ ਜਾ ਹੌਲੀ ਤੁਰ ਪੁੱਤ, ਹੋਰ ਦਵਾਈਆਂ ਦੀ ਦੇਹ ਹੋ ਰਹੀ ਹੈ ਮੇਰੀ। ਸੀਰਤ ਸੀਰਤ, ਹੋਰ ਕਿਵੇਂ ਤੂੰ? ਦੇਖ ਘਬਰਾਣਾ ਡਰਨਾ, ਕਮਲੀਏ ਤੈਨੂੰ ਦੇਖ ਕੇ ਤਾਂ ਮੈਨੂੰ ਖੁਸ਼ੀ ਹੋਈ ਆ। ਸੀਰਤ ਪੁੱਤ ਕੌਣ ਇਹ? ਮੰਮੀ ਜੀ। ਆਂਟੀ ਜੀ, ਮੈਂ ਤਾਂ ਭਰਾ ਜੀ। ਅੱਛਾ ਪੁੱਤ, ਮੈਂ ਤੇਰੀ ਭੈਣ ਦੀ ਸੱਸ ਹਾਂ ਤੇ ਰਿਸ਼ਤੇ 'ਚ ਮੈਂ ਤੇਰੀ ਮਾਸੀ ਲੱਗਦੀ ਹਾਂ। ਸਤਿ ਸ਼੍ਰੀ ਅਕਾਲ ਜੀ। ਜਾਉਂਦਾ ਵਸਦਾ ਰਹਿ ਪੁੱਤ। ਦੇਖ ਸੀਰਤ, ਬਾਪੂ ਦੀ ਹਾਲਤ ਬਹੁਤ ਮਾੜੀ ਹੈ, ਉਹ ਤੇਰਾ ਗਮ ਲਈ ਦੇਖਿਆ ਨੀ, ਹੁਣ ਤਾਂ ਇੰਨੇ ਬਿਮਾਰ ਹੋ ਗਏ ਕਿ ਡਾਕਟਰ ਕਹਿੰਦਾ ਕਿ ਵੀ ਜੇ ਜ਼ਿਆਦਾ ਕੋਈ ਟੈਨਸ਼ਨ ਲੈ ਲਈ ਨਾ, ਇਹਨੂੰ ਅਟੈਕ ਵੀ ਆ ਸਕਦਾ। ਤਾਂ ਮੈਨੂੰ ਵੀ ਕਹਿੰਦੇ ਰਹਿੰਦੇ ਨੇ ਵੀ ਸੀਰਤ ਨਾਲ ਮਿਲਾ ਦੇ। ਦੇਖ ਲਾ ਹੁਣ ਤੇਰੇ ਹੱਥ ਆ ਭੈਣ ਬਣ ਕੇ, ਤੂੰ ਇੱਕ ਵਾਰੀ ਬਾਪੂ ਨੂੰ ਮਿਲ, ਖਬਰਾਂ ਹੋ ਜਾ ਠੀਕ। ਸਭ ਕੁਛ ਠੀਕ ਹੋ ਜੂਗਾ, ਕੋਈ ਨਾ ਪੁੱਤ, ਕੋਈ ਨਾ ਘਬਰਾ ਨਾ, ਸਭ ਕੁਛ ਠੀਕ ਹੋ ਜੂਗਾ। ਤੂੰ ਫਿਕਰ ਨਾ ਕਰ ਪੁੱਤ, ਕੋਈ ਗੱਲ ਨਹੀਂ, ਸੀਰਤ ਬਹੁਤ ਜ਼ਿਆਦਾ ਸਿਆਣੀ ਹੈ ਅਤੇ ਮੈਂ ਰਾਜਵੀਰ ਅਤੇ ਸੀਰਤ ਨੂੰ ਜ਼ਰੂਰ ਭੇਜਾਂਗੀ, ਤੇਰੇ ਬਾਪੂ ਦਾ ਪਤਾ ਜ਼ਰੂਰ ਲੈ ਕੇ ਆਉਣਗੇ। ਪੁੱਤ, ਮਾਪਿਆਂ ਨਾਲ ਜ਼ਿਆਦਾ ਦੇਰ ਤੱਕ ਗੁੱਸਾ ਨਹੀਂ ਰਹੀਦਾ ਹੁੰਦਾ। ਧੰਨਵਾਦ ਮਾਸੀ ਜੀ, ਮੈਂ ਜਾ ਕੇ ਨਾ ਬਾਪੂ ਨੂੰ ਦੱਸਦਾ ਵੀ ਸੀਰਤ ਮਿਲੀ ਸੀ, ਅੱਧਾ ਤਾਂ ਵੀ ਠੀਕ ਹੋ ਜਾਣਗੇ ਉਹ। ਆ ਜੀ ਭੈਣ ਬਣ ਕੇ, ਚੰਗਾ ਪੱਕਾ ਆਉਂਗੀ ਮੈਂ, ਕਰ ਲੂੰਗਾ। ਡੈਡੀ ਦਾ ਧਿਆਨ ਰੱਖਿਓ। ਠੀਕ ਆ, ਆ ਜਾ ਪੁੱਤ, ਆ ਜਾ। ਓਹੋ, ਹੈ ਸੰਜੇ ਤਾਂ ਆਇਆ ਬੈਠੇ। ਮੈਂ ਤਾਂ ਆ ਗਿਆ, ਮੈਂ 10 ਮਿੰਟ ਠੀਕ ਨਹੀਂ ਸੀ, ਮੈਨੂੰ ਤੂੰ ਮੂੰਹ ਚੱਕ ਕੇ ਲੈ ਗਈ ਬੇਬੇ ਨਾਲ, ਇੰਨੀ ਗਰਮੀ ਹੋ ਰਹੀ ਹੈ ਬੇਬੇ, ਉਹ ਧੋਂ ਬਿਮਾਰ ਰਹਿੰਦੀ ਹੈ। ਬੇ ਪੁੱਤ ਚੱਕ ਕੇ, ਇਹਨਾਂ ਗੱਲਾਂ ਨੂੰ ਛੱਡ ਤੂੰ, ਤੈਨੂੰ ਮੈਂ ਇੱਕ ਗੱਲ ਦੱਸਦੀ ਹਾਂ। ਤੈਨੂੰ ਪਤਾ ਅੱਜ ਨਾ ਸਾਨੂੰ ਸੀਰਤ ਦਾ ਭਰਾ ਕਮਲ ਮਿਲਿਆ ਸੀ ਬਾਜ਼ਾਰ 'ਚ, ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ, ਹੁਣ ਉਹਨਾਂ ਨੂੰ ਤੁਹਾਡੇ ਦੋਹਾਂ ਨਾਲ ਕੋਈ ਗੁੱਸਾ ਨਹੀਂ ਹੈਗਾ। ਵਿਚਾਰਾ ਦੱਸਦਾ ਸੀ, ਕਹਿੰਦਾ ਡੈਡੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਅਤੇ ਉਹ ਸੀਰਤ ਨੂੰ ਬਹੁਤ ਯਾਦ ਕਰੀ ਜਾਂਦਾ, ਕਹਿੰਦਾ ਜੇ ਡੈਡੀ ਇੱਕ ਵਾਰੀ ਸੀਰਤ ਨੂੰ ਦੇਖ ਲੈ ਨਾ ਤਾਂ ਉਹਦੀ ਸਿਹਤ 'ਚ ਸੁਧਾਰ ਆ ਜੂਗਾ। ਪੁੱਤ, ਮੈਂ ਇੱਦਾਂ ਕਹਿੰਦੀ ਸੀ ਵੀ ਤੁਸੀਂ ਦੋਵੇਂ ਜਣੇ ਕੇਰਨ ਜਾ ਆਓ ਅਤੇ ਮਿਲਿਆਓ। ਪੁੱਤ, ਬਿੰਦ ਝੱਟ ਘੜੀ ਨਾ ਬਹਿ ਕੇ ਗੱਲਾਂ ਬਾਤਾਂ ਕਰਿਓ, ਗੱਲਾਂ ਬਾਤਾਂ ਨਾਲ ਨਾ ਬਿਮਾਰ ਬੰਦੇ ਦਾ ਮਨ ਕੁਛ ਹੋਰ ਹੋ ਜਾਂਦਾ। ਚੰਗਾ ਮੇਰਾ ਸਿਆਣਾ ਪੁੱਤ, ਕੋਈ ਨਾ। ਚੱਲ ਚੰਗਾ ਪੁੱਤ, ਪਾਣੀ ਦੀ ਘੁੱਟ ਲਿਆ ਦੇ ਮੈਨੂੰ ਵੀ। ਆ ਗਿਆ ਕਮਲ ਪੁੱਤ। ਹਾਂ ਬਾਪੂ। ਲੈ ਆਇਆ ਪੁੱਤ ਦਵਾਈ ਮੇਰੀ? ਹਾਂ ਬਾਪੂ, ਲੈ ਆਇਆ ਦਵਾਈ। ਤੇ ਗੱਲ ਸੁਣ ਬਾਪੂ। ਹਾਂ ਪੁੱਤ। ਇੱਕ ਗੱਲ ਕਰਨੀ ਤੇਰੇ ਨਾਲ, ਜੇ ਤੈਨੂੰ ਉਹ ਗੱਲ ਦੱਸਤੀ ਨਾ ਤੈਨੂੰ ਇੰਨੀ ਖੁਸ਼ੀ ਹੋਣੀ ਆ, ਤੂੰ ਦਵਾਈ ਨਾਲ ਨਹੀਂ ਤੂੰ ਗੱਲ ਨਾਲ ਠੀਕ ਹੋ ਜਾਣਾ। ਗੱਲਾਂ ਖੁਸ਼ ਹੋਊਂਗਾ। ਲੈ ਬਾਪੂ, ਅੱਜ ਨਾ ਆਪਣੀ ਸੀਰਤ ਮਿਲੀ ਸੀ ਬਾਜ਼ਾਰ ਦੇ ਵਿੱਚ। ਸੀਰਤ? ਹਾਂ, ਮੇਰੀ ਸੀਰਤ ਮਿਲ ਗਈ। ਹਾਂ, ਆਪਣੀ ਸੀਰਤ। ਹਾਂ ਬਾਪੂ, ਮੇਰੀ ਧੀ ਮਿਲ ਗਈ। ਹਾਂ, ਅਤੇ ਤੁਹਾਡੇ ਬਾਰੇ ਗੱਲ ਕਰਦੀ ਸੀ, ਕਹਿੰਦੀ ਡੈਡੀ ਕਿਵੇਂ ਨੇ। ਮੈਂ ਵੀ ਦੱਸਿਆ ਸੀ, ਮੈਂ ਕਿਹਾ ਡੈਡੀ ਤੈਨੂੰ ਯਾਦ ਬਹੁਤ ਕਰਦੇ ਨੇ, ਮੈਂ ਤੂੰ ਮਿਲ ਕੇ ਆਈ, ਅਤੇ ਕਹਿੰਦੀ ਮੈਂ ਆਊਂਗੀ ਜ਼ਰੂਰ। ਕਹਿੰਦੀ ਸੱਚੀ ਪੁੱਤ? ਹਾਂ ਹਾਂ ਬਾਪੂ, ਆਊਗੀ। ਕਹਿੰਦੀ ਮੈਂ ਕੱਲ੍ਹ ਨੂੰ ਹੀ ਆਉਣੀ ਹੈਗੀ। ਚੱਲ ਠੀਕ ਆ ਪੁੱਤ, ਹੁਣ ਤਾਂ ਠੀਕ ਆ ਬਾਪੂ, ਹੁਣ ਤਾਂ ਵੀ ਠੀਕ ਹੋ ਗਿਆ, ਮੇਰੀ ਧੀ ਆ ਰਹੀ ਆ, ਮੈਂ ਠੀਕ ਹੋ ਗਿਆ, ਮੈਂ ਠੀਕ ਹੋ ਗਿਆ। ਕੋਈ ਨਹੀਂ ਬਾਪੂ, ਮੇਰੀ ਧੀ ਆ ਰਹੀ ਆ। ਕੀ ਗੱਲ, ਕੀ ਸੋਚ ਰਹੀ ਹੈ? ਇਕੱਲੀਆਂ ਖੁਸ਼ ਹੋ ਜਾਂਦੀ ਆ। ਰਾਜਵੀਰ, ਤੈਨੂੰ ਪਤਾ ਮੈਨੂੰ ਇਹ ਗੱਲ ਦੀ ਨਾ ਰੋਜ਼ ਟੈਨਸ਼ਨ ਰਹਿੰਦੀ ਸੀਗੀ ਵੀ ਪਤਾ ਨਹੀਂ ਡੈਡੀ ਅਤੇ ਵੀਰਾ ਮੰਨਣਗੇ ਪਤਾ ਨਹੀਂ, ਪਰ ਦੇਖ ਲਾ ਉਹ ਮੰਨ ਵੀ ਗਏ ਅਤੇ ਨਾਲੇ ਆਪਾਂ ਮਿਲਣ ਵੀ ਜਾਣਾ। ਮੈਨੂੰ ਤਾਂ ਉਹ ਟਾਈਮ ਦੀ ਵੇਟ ਆ ਵੀ ਕਦੋਂ ਮੈਂ ਡੈਡ ਨੂੰ ਘੁੱਟ ਕੇ ਜੱਫੀ ਪਾਊਂਗੀ। ਸੀਰਤ,
ਤੈਨੂੰ ਖੁਸ਼ ਦੇਖ ਕੇ ਨਾ ਮੈਂ ਵੀ ਬਹੁਤ ਖੁਸ਼ ਹਾਂ। ਮੈਨੂੰ ਬਹੁਤ ਖੁਸ਼ੀ ਹੈ ਹੁਣ ਤੈਨੂੰ ਸਭ ਕੁਝ ਮਿਲ ਜਾਣਾ। ਪਰ ਮੇਰੀ ਗੱਲ ਸੁਣੀ, ਬੇਬੇ ਨੇ ਕਿਹਾ ਸੀ ਵੀ ਤੁਸੀਂ ਕੱਲ੍ਹ ਨੂੰ ਜਾ ਕੇ ਮਿਲੇ ਹੋ, ਫਿਰ ਆਪਾਂ ਕੱਲ੍ਹ ਨੂੰ ਚੱਲੀਏ। ਸਿਰ ਤਾਂ ਯਾਰ ਮੈਂ ਕਿਵੇਂ ਤੇਰੇ ਨਾਲ ਜਾ ਸਕਦਾ, ਤੈਨੂੰ ਤਾਂ ਰਾਜੇ ਨਾਲ ਜਾਣਾ ਚਾਹੀਦਾ ਨਾ ਘਰੇ। ਓਹੋ ਮੈਂ ਐਡੀ ਵੱਡੀ ਗੱਲ ਕਿਵੇਂ ਭੁੱਲ ਗਈ, ਫਿਰ ਹੁਣ ਆਪਾਂ ਕੀ ਕਰਾਂਗੇ? ਮੇਰੀ ਗੱਲ ਸੁਣੋ, ਆਪਾਂ ਇਹ ਕਰਾਂਗੇ, ਇੱਥੋਂ ਮੈਂ ਤੈਨੂੰ ਲੈ ਚੱਲੂੰਗਾ, ਰਸਤੇ 'ਚ ਆਪਾਂ ਰਾਜੇ ਨੂੰ ਨਾਲ ਲੈ ਜਾਵਾਂਗੇ, ਠੀਕ ਹੈ? ਫਿਰ ਤੁਸੀਂ ਜਾਇਓ ਘਰੇ, ਮੈਂ ਤੇਰੀ ਵੇਟ ਕਰ ਲੂੰਗਾ ਬਾਹਰ ਖੜ ਕੇ। ਹਾਂ ਨਾਲੇ ਇਸ ਬਹਾਨੇ ਬੇਬੇ ਨੂੰ ਵੀ ਨਹੀਂ ਸ਼ੱਕ ਹੋਣਾ ਹੈਗਾ। ਪਰ ਤੁਸੀਂ ਵੇਟ ਕਿਉਂ ਕਰੋਗੇ, ਤੁਸੀਂ ਵੀ ਨਾਲ ਚੱਲਿਓ। ਆ ਬੋਲੀਏ ਘਰੇ ਕੀ ਕਹੇਗੀ ਵੀ ਕੌਣ ਆ ਇਹ? ਲੈ ਇਹਦੇ 'ਚ ਕਿੱਡੀ ਕੁ ਗੱਲ ਆ, ਕਹਿ ਦੂੰਗੀ ਵੀ ਰਾਜ ਦਾ ਦੋਸਤ ਆ। ਮੈਨੂੰ ਵਧੀਆ ਨਹੀਂ ਲੱਗਦਾ ਮੈਂ ਯਾਰ। ਯਾਰ ਵਿਆਹ ਤਾਂ ਤੂੰ ਰਾਜੇ ਨਾਲ ਹੀ ਕਰਾਉਣਾ ਨਾ। ਫਿਰ ਕੀ ਹੋ ਗਿਆ, ਤੂੰ ਵੀ ਤਾਂ ਮੇਰਾ ਬਹੁਤ ਵਧੀਆ ਦੋਸਤ ਆ ਨਾ। ਕੋਈ ਨਾ ਤੈਨੂੰ ਵੀ ਮੈਂ ਆਪਦੀ ਫੈਮਿਲੀ ਨਾਲ ਮਿਲਾਉਂਗੀ। ਉਹੀ ਨਾ ਬੋਲੀ ਜਾਇਆ ਕਰ, ਜਿਵੇਂ ਮੈਂ ਕਹੂੰਗੀ ਨਾ ਉਵੇਂ ਕਰਨਾ ਪਊ ਤੈਨੂੰ। ਚੱਲ ਕੋਈ ਨਾ, ਰੋਟੀ ਚਾਹੀਦੀ ਹੋ? ਨਾ ਨਾ ਮੈਂ ਬਹੁਤ ਯਾਰ ਅੱਜ ਕਿਹਾ ਮੈਂ ਆਹ ਛੱਡ ਦੇ ਸਰਾਣਾ ਦੇ। ਹੈਲੋ। ਹਾਂ ਨੀਚੇ ਸੋਣਾ ਤੁਸੀਂ, ਬੈਡ ਤੇ ਮੇਰੀ ਵਾਰੀ ਹੈ ਨਾ। ਹੁਣ ਤਾਂ ਵਗ ਜੂੰਗੀ, ਸੌਖਾ ਸਾ ਅੱਜ ਤੈਨੂੰ। ਮਰ ਜਾ ਸੌ ਜਾ। ਕੋਈ ਨਾ ਤੁਸੀਂ ਹੋ ਜਾਓ ਖੁਸ਼, ਵਗ ਜੂੰਗੀ। ਉਹ ਹੈਲੋ ਇਹ ਨਾ ਮੇਰਾ ਸਰਾਣਾ, ਆਪਦਾ ਹੋਰ ਚੱਕ ਲੈ ਕੇ ਆ। ਸਰਾਣੇ ਵਿੱਚ ਲੜੀ ਹੁੰਦੀ ਮੇਰੇ ਨਾਲ? ਲੈ ਮੇਰਾ ਸਰਾਣਾ ਤਾਂ ਇੰਨੇ ਪਏ ਨੇ, ਤੂੰ ਮੇਰੇ ਨਾਲ ਜ਼ਰੂਰੀ ਲੜਦਾ? ਇੰਨਾ ਕੁ ਪਿਆਰ ਸੀ ਦੋਸਤ ਨਾਲ? ਉਰੇ ਬੜਾ ਆਪਦਾ ਚੱਕ ਲਾ। ਕਿੰਨਾ ਖਰਾਬ ਹੈ ਤੂੰ। ਚੱਲ ਕੋਈ ਨਾ ਮੈਂ ਤਾਂ ਹੀ ਪੈ ਜੂੰਗੀ, ਤੂੰ ਪੈ ਸਰਾਣਾ ਲੈ ਕੇ। ਚੱਲੀ ਬੇ ਪੁੱਤ ਗੱਲ ਸੁਣ ਮੇਰੀ, ਪਹਿਲੀ ਵਾਰੀ ਸਹੁਰੇ ਜਾਣ ਲੱਗਿਆ, ਜਾਣ ਲੱਗੇ 2-4 ਕਿਲੋ ਫਰੂਟ ਲੈ ਜੀ। ਹਾਂ ਕੋਈ ਨਾ ਬੇਬੇ ਲੈ ਜੀ। ਇੱਕ ਗੱਲ ਹੋਰ ਪੁੱਤ, ਮਾੜਾ ਮੋਟਾ ਜੇ ਗੁੱਸਾ ਗਿੱਲਾ ਕਰਨਗੇ ਨਾ ਤਾਂ ਮਾੜਾ ਜਿਹਾ ਚੁੱਪ ਰਹੀ ਚੰਗਾ, ਹੁੰਦਾ ਹੀ ਹੈ ਪਹਿਲੀ ਪਹਿਲੀ ਵਾਰ ਮੇਰਾ ਸਿਆਣਾ ਪੁੱਤ ਬਣ ਕੇ ਕਿਤੇ ਐਵੇਂ ਬੋਲੀ ਜਾਵੇ ਉੱਥੇ। ਹਾਂ ਹਾਂ ਚੱਲਦੇ ਬਸ ਆਜੋ ਫਿਰ। ਚੱਲ ਸਿਰ ਆਹਾ ਪੁੱਤ ਰਾਜਾ ਇੱਥੇ, ਇਹ ਕਿੱਥੇ ਜਾਣ ਦੀ ਗੱਲ ਕਰਦਾ? ਉਹ ਬੇਬੇ ਇਹ ਤਾਂ ਮੈਂ ਤਿਆਰ ਕਰ ਰਾਜੇ ਨੂੰ, ਉਹ ਇਕੱਲਾ ਜਾਊਂਗਾ ਬੋਰ ਹੋਊਂਗਾ, ਮੈਂ ਸੋਚ ਨਾਲ ਲੈ ਜਾਂ। ਬੇ ਕਿਧਰੇ ਨਹੀਂ ਬੋਰ ਬੂਰ ਹੁੰਦਾ ਹੈਗਾ, ਤੇਰਾ ਸਾਲਾ ਹੈਗਾ ਉੱਥੇ, ਕਿੰਨੀ ਮਰਜ਼ੀ ਗੱਲਾਂ ਕਰ ਲਈ, ਲੈ ਦੱਸ ਇਹ ਤੋਂ ਕੀ ਕਰਵਾਉਣਾ ਸੀ ਤੇ ਉੱਥੇ? ਬੇਬੇ ਉਹ ਮਸਲਾ ਵਿਚਾਰਾ ਕਿਸੇ ਦੀ ਗੱਡੀ ਮੰਗ ਕੇ ਲਿਆ ਮੇਰੇ ਕਰਕੇ, ਜਾ ਲੈਣ ਦੇ ਨਾ, ਉਈ ਬੋਲੀ ਜਾਂਦੀ ਆ। ਚੱਲੀਏ ਯਾਰ ਐਵੇਂ ਲੇਟ ਹੋ ਜਾਂਦੇ ਆ, ਚੱਲਦੇ ਰਾਜੇ। ਬੇ ਗੱਲ ਸੁਣ ਬੇ ਮੇਰੀ, ਮੇਰਾ ਪੁੱਤ ਪਹਿਲੀ ਵਾਰੀ ਸਹੁਰੇ ਜਾਣ ਲੱਗਿਆ, ਦੇਖੀ ਕਿਤੇ ਐ ਨਹੀਂ ਉੱਥੇ ਆਵਾ ਤਾਵਾ ਬੋਲੀ ਜਾਵੇ, ਉਵੇਂ ਮੇਰੇ ਪੁੱਤ ਦੀ ਟੌਰਚ ਖਰਾਬ ਕਰ ਦੇ। ਮਾਂ ਕਿਉਂ ਬੋਲੀ ਜਾਂਦੀ ਆ ਤੂੰ, ਕੁਛ ਨਹੀਂ ਹੁੰਦਾ। ਬੇ ਪੁੱਤ ਕਹਿ ਲੈਂਦੇ ਮੈਨੂੰ, ਇਹਨੂੰ ਕੀ ਪਤਾ ਹੁਣ ਸਹੁਰੇ ਕਿਵੇਂ ਜਾਈਦਾ ਹੁੰਦਾ ਹੈਗਾ, ਜਦੋਂ ਇਹਦੇ ਸਹੁਰੇ ਹੋਣਗੇ ਉਦੋਂ ਪਤਾ ਲੱਗੂ ਇਹਨੂੰ, ਇਹਨੇ ਤਾਂ ਅੱਜ ਹੀ ਜਾਣਾ ਹੈਗਾ ਪੁੱਤ, ਤੈ ਤਾਂ ਨਿੱਤ ਜਾਣਾ ਹੈ ਉੱਥੇ। ਚਲੋ ਕੋਈ ਨਾ ਚੰਗਾ, ਤੂੰ ਜਾ ਕੇ ਆਰਾਮ ਕਰ ਲੈ ਸਿਰ ਤਾਂ, ਚੱਲ ਬੈਠ ਗੱਡੀ ਲੈ ਬੈ ਜਾ। ਬੇ ਪੁੱਤ ਨਾਲੇ ਗੱਲ ਸੁਣ ਮੇਰੀ, ਗੱਡੀ ਹੌਲੀ ਚਲਾਈ, ਕਿਤੇ ਐਵੇਂ ਭਜਾਈ ਦੱਜ ਰਹੇ ਚੰਗਾ। ਕੋਈ ਨਾ ਮੰਮੀ ਚੱਲ ਚੱਲ ਰਾਜੇ, ਚੰਗਾ ਧਿਆਨ ਰੱਖੀ। ਚੱਲ ਚੰਗਾ ਪੁੱਤ ਤੁਸੀਂ ਵੀ ਧਿਆਨ ਨਾਲ ਜਾਇਓ ਚੰਗਾ। ਹਾਂ ਬਾਪੂ। ਜਾ ਬਾਹਰ ਜਾ ਕੇ ਦੇਖਿਆ ਯਾਰ, ਸਿਰ ਤਾਂ ਵਾਲੀ ਹੋਣੀ ਆ। ਬਾਪੂ ਮੈਂ ਇੰਨੇ ਵਾਰ ਦੇਖਤਾ ਆ, ਆਏ ਤਾਂ ਹੈ ਨਹੀਂ ਹਜੇ, ਕੋਈ ਗੱਲ ਨਹੀਂ, ਨਾਲੇ ਤੂੰ ਤਾਂ ਮੈਨੂੰ ਵੀ ਸਦਾਈ ਬਣਾ ਰੱਖਿਆ ਆਪਦੇ ਵਾਂਗੂ, ਜੇ ਆਉਣਗੇ ਤਾਂ ਘਰ ਹੀ ਆਉਣਗੇ, ਬਾਹਰ ਥੋੜ੍ਹਾ ਖੜ੍ਹੇ ਰਹਿਣਗੇ, ਨਾਲੇ ਤੂੰ ਚੱਕਰ ਜੇ ਕੱਟੀ ਜਾਂਦਾ ਗਾ ਡਿੱਗ ਜਾ, ਚੱਕਰ ਜਾ ਖਾ ਕੇ ਬਿਮਾਰ ਹੋ ਜਾਏਗਾ। ਨਾ ਨਾ ਹੁਣ ਨਹੀਂ ਕੁਛ ਹੁੰਦਾ, ਮੈਂ ਮੇਰੀ ਧੀ ਆ ਰਹੀ ਆ, ਹੁਣ ਨਹੀਂ ਮੈਂ ਬਿਮਾਰ ਹੁੰਦਾ ਹੈਗਾ ਲੱਗਦਾ, ਹੋਰ ਜਿਹਾ ਵਜਾ ਆ ਗਏ ਹੁਣ, ਆ ਦੇਖੀਏ। ਤੁਸੀਂ ਜਾਓ ਮੈਂ ਗੱਡੀ ਸਾਈਡ 'ਤੇ ਲੈ ਕੇ ਆਉਣਾ। ਠੀਕ ਹੈ। ਡੈਡੀ ਆ ਗਈ ਬੇਟੀ।
ਡੈਡੀ ਸੌਰੀ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਜਦੋਂ ਮੈਨੂੰ ਵੀਰੇ ਨੇ ਦੱਸਿਆ ਵੀ ਡੈਡੀ ਬਿਮਾਰ ਆ। ਮੇਰੇ ਤਾਂ ਇੰਝ ਕਰੇ ਵੀ ਹੁਣੇ ਡੈਡੀ ਕੋਲ ਭੱਜ ਜਾ। ਨਾ ਨਾ ਪੁੱਤ, ਹੁਣ ਮਾਫੀ ਨਾ ਮੰਗ, ਭੁੱਲ ਜਾ ਬੀਤੇ ਵੇਲੇ ਨੂੰ। ਵੀਰੇ ਤੁਸੀਂ ਠੀਕ ਹੋ? ਹਾਂ ਠੀਕ ਆ ਬਾਈ। ਅੱਛਾ ਆਇਆ ਮੇਰਾ ਜਵਾਈ? ਉਹ ਪੁੱਤ ਨੂੰ ਤਾਂ ਮੈਂ ਜਾਣਦਾ, ਬਾਲਾ ਹੀ ਬੀਬਾ ਬੰਦਾ। ਪੁੱਤ ਮੈਨੂੰ ਪਤਾ ਸੀਗਾ ਮੇਰੀ ਧੀ ਹੀਰਾ ਹੀ ਚੁਣੂਗੀ। ਪੁੱਤ ਮੈਂ ਬਿਮਾਰ, ਸੁਣ ਤਾਂ ਸਹੀ ਮੇਰੀ ਗੱਲ, ਮੈਂ ਬਿਮਾਰ ਹੋ ਗਿਆ ਸੀਗਾ, ਦਵਾਈ ਲੈਣ ਗਏ ਸੀ। ਪੁੱਤ ਮੈਂ ਚੱਕਰ ਆ, ਪੁੱਤ ਮੇਰੀ ਸੁਣ, ਮੈਨੂੰ ਚੱਕਰ ਆ ਗਿਆ, ਪੁੱਤੇ ਨੇ ਮੈਨੂੰ ਪਾਣੀ ਪਾਇਆ। ਮੈਂ ਜਿਉਂਦਾ ਰਿਹਾ। ਪੁੱਤ ਜੀ ਤੁਸੀਂ ਨਾ ਇਹ ਗੱਲ ਤਾਂ ਸੁਣੋ ਜੀ। ਦੋ ਮਿੰਟ ਭਰਾਓ, ਮੈਂ ਵੀ ਆਪਣੇ ਭਾਜੀ ਨੂੰ ਮਿਲਣਾ। ਹੋਰ ਠੀਕ ਹੋ ਜੀ? ਮੈਂ ਤਾਂ ਠੀਕ ਹਾਂ ਬਾਈ, ਪਰ ਅਸਲ 'ਚ ਗੱਲ ਪਤਾ ਕੀ ਹੈ? ਦੇਖ ਸੀਰਤਾ, ਕੋਈ ਇੱਥੇ ਮਾਫ਼ੀ ਮੰਗਣ ਦੀ ਲੋੜ ਨਹੀਂ, ਕੋਈ ਗੱਲ ਪੁਰਾਣੀ ਯਾਦ ਕਰਨ ਦੀ ਲੋੜ ਨਹੀਂ। ਦੇਖੋ ਆਪਾਂ ਪੁਰਾਣੀਆਂ ਗੱਲਾਂ ਨੂੰ ਸਾਰੂ ਖਤਮ ਕਰਕੇ ਹੁਣ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਹਾਂ। ਆ ਜਾਓ ਅੰਦਰ, ਆ ਜਾਓ ਅੰਦਰ। ਆਏ ਨੇ ਭਾਜੀ, ਪਰ ਡੈਡੀ ਡੈਡੀ ਤੁਸੀਂ ਠੀਕ ਹੋ? ਤੁਹਾਨੂੰ ਕਿੰਨੇ ਵਾਰੀ ਕਿਹਾ ਅੱਜ ਮੈਂ? ਆ ਗਈ, ਮੇਰਾ ਜਵਾਈ ਆ ਗਿਆ, ਹੁਣ ਮੈਂ ਠੀਕ ਆ। ਅੱਜ ਤੁਹਾਨੂੰ ਕਿੰਨੇ ਵਾਰੀ ਆਖਿਆ ਵੀ ਰੈਸਟ ਕਰ ਲਓ, ਤੁਸੀਂ ਵੀ ਇਹਦੇ ਚਾਹ ਦੇ ਵਿੱਚ ਘੁੰਮੀ ਫਰੀ ਗਏ। ਆ ਜਾਓ ਹੁਣ, ਚਲੋ ਕੋਈ ਨਾ, ਤੂੰ ਲੈ ਕੇ ਆਇਆ ਨਾ। ਆ ਜਾਓ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਦੇਖ ਸਿਰਤਾ, ਬਾਪੂ ਨਾ ਜ਼ਿਆਦਾ ਬਿਮਾਰ ਰਹਿੰਦੇ ਨੇ, ਕੋਈ ਵੀ ਨਾ ਤੂੰ ਪੁਰਾਣੀ ਗੱਲਾਂ ਦੁਹਰਾਈ ਅਤੇ ਨਾ ਕੁਝ ਇਹੋ ਜਿਹੀ ਗੱਲ ਕਰੀ ਜਿਹਦੇ ਨਾਲ ਟੈਨਸ਼ਨ ਹੋਵੇ। ਡਾਕਟਰ ਨੇ ਕਿਹਾ ਜੇ ਜ਼ਿਆਦਾ ਟੈਨਸ਼ਨ ਲੈ ਲਈ ਨਾ ਤਾਂ ਹਾਰਟ ਅਟੈਕ ਵੀ ਹੋ ਸਕਦਾ ਗਾ। ਹਜੋ ਅੰਦਰ ਚੱਲਦੇ ਹਾਂ। ਸਿਰ ਇਹ ਕੌਣ? ਇਹ ਰਾਜਵੀਰ ਦਾ ਦੋਸਤ ਆ। ਅੱਛਾ ਅੱਛਾ, ਠੀਕ ਆ। ਆ ਜਾਓ ਅੰਦਰ, ਆ ਜਾਓ, ਚਾਹ ਪੀਂਦੇ ਹਾਂ।